ਜੇ ਤੁਸੀਂ ਗੂਗੇ ਨਹੀਂ ਤਾਂ ਆਈਲੈਟਸ ਕਰ ਸਕਦੇ ਹੋ, ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ, ਮਤਲਬ ਇਹ ਹੈ ਕਿ ਉਹ ਸਭ ਤੋਂ ਵੱਧ ਬੋਰਡ ਆ ਜਿਹੜੇ ਉਹ ਪੰਜਾਬ ਦੇ ਵਿੱਚੋਂ ਬਾਹਰ ਘੱਲਦੇ ਗਏ ਸੀ, ਲੋਕਾਂ ਨੂੰ ਇਸ ਗੱਲ ਨਾਲ ਜੁੜੇ ਸੀ। ਦੂਜੇ ਬੋਰਡ ਸਭ ਤੋਂ ਵੱਧ ਇਹ ਦੱਸੇ ਆ ਕਿ ਤਲੀ ਤੇ ਸਰੋਂ ਜਮਾਓ ਤੇ ਦੁਸ਼ਮਣ ਨੂੰ ਲਿਟਦਾ ਦੇਖੋ ਤੇ ਫਲਾਣਾ ਬੰਗਾਲੀ ਬਾਬਾ ਤੇ ਫਲਾਣਾ ਟਰਾਲੀ ਬਾਬਾ। ਇਹਨਾਂ ਨੂੰ ਦੇਖ ਦੇਖ ਕੇ ਮੈਨੂੰ ਇਉਂ ਲੱਗਾ ਵੀ ਕੀ ਸਾਡੀ ਮਾਨਸਿਕਤਾ ਬਣ ਗਈ। ਅਸੀਂ ਉਹ ਸੂਬੇ ਦੇ ਵਿੱਚ ਹਾਂ ਜਿੱਥੇ ਬਾਬੇ ਨਾਨਕ ਦੀ ਬਾਣੀ ਦੀ ਗੱਲ ਹਰ ਰੋਜ਼ ਕਰਦੇ ਹਾਂ, ਪੜ੍ਹਦੇ ਹਾਂ, ਪਰ ਅਸੀਂ ਮੰਨੀ ਉਹਨਾਂ ਦੀ ਵੀ ਨਹੀਂ। ਤੀਜਾ ਮੈਨੂੰ ਸਭ ਤੋਂ ਵੱਧ ਬੋਰਡ ਦਿਸਿਆ ਕਿ ਠੰਡੀ ਬੀਅਰ ਇੱਧਰ ਪੀਓ ਜੀ, ਅਸੀਂ ਉਹ ਬੋਰਡ ਵੇਖੇ। ਤਿੰਨ ਤਰ੍ਹਾਂ ਦੇ ਬੋਰਡ ਆ ਜਿਹੜੇ ਉਹ ਪੰਜਾਬ ਦਾ ਭਵਿੱਖ ਬਿਆਨ ਕਰ ਦਿੰਦੇ ਆ ਕਿ ਬਾਹਰ ਚੱਲੋ ਪੰਜਾਬ 'ਚ ਰਹਿਣਾ ਕੋਈ ਨਹੀਂ, ਤੰਤਰਿਕਾਂ ਦੇ ਤੁਸੀਂ ਲੜ ਲੱਗ ਜਾਓ, ਡੇਰਿਆਂ ਦੇ ਵੱਲ ਤੁਸੀਂ ਮੂੰਹ ਕਰ ਲਓ ਤੇ ਇੱਥੇ ਨਸ਼ਾ ਪੱਤਾ ਮਿਲਦਾ ਤੇ ਨਸ਼ਾ ਇਧਰੋਂ ਲੈ ਲਓ। ਹੁਣ ਤੁਸੀਂ ਕਿਵੇਂ ਅੰਦਾਜ਼ਾ ਲਾ ਲਓਗੇ ਕਿ ਪੰਜਾਬ ਦਾ ਭਵਿੱਖ ਚਮਕਦਾਰ? ਸ਼ਰਾਬ ਦੀ ਗੱਲ ਚੱਲਦੀ ਹੈ, ਇਹ ਤਾਂ ਸਾਡੇ ਪੰਜਾਬ ਦੇ ਵਿੱਚ ਸੱਭਿਆਚਾਰ ਦਾ ਹਿੱਸਾ ਬਣ ਗਈ ਹੈ। ਪਿੱਛੇ ਜੇ ਇੱਕ ਸਮਾਂ ਆਇਆ ਸੀਗਾ ਕੁਝ ਕੁ ਵਰੇ ਪਹਿਲਾਂ, ਜਦੋਂ ਵੱਖ ਵੱਖ ਨੇਤਾਵਾਂ ਨੇ ਇੱਕ ਦੂਜੇ ਦੇ ਉੱਤੇ ਸ਼ਬਦਾਂ ਦੀ ਵਾਛੜ ਕੀਤੀ ਸੀ। ਇੱਕ ਜਣਾ ਕਹਿੰਦਾ ਮੈਂ ਆਪਦਾ ਸਭ ਤੋਂ ਪਹਿਲਾਂ ਡੋਪ ਕਰਾਉਣਾ, ਪਹਿਲਾਂ ਫਲਾਣਾ ਕਰਕੇ ਦਿਖਾਵੇ। ਦੂਜਾ ਕਹਿੰਦਾ ਮੈਂ ਕਰਾਉਣਾ, ਪਹਿਲਾਂ ਉਹ ਕਰਕੇ ਦਿਖਾਵੇ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਸੂਚੀ ਜਾਰੀ ਕੀਤੀ ਸੀ, ਉਹਦੇ ਵਿੱਚ ਇਹ ਸੀ ਕਿ ਕਿਸੇ ਵੀ ਮੁਲਾਜ਼ਮ ਨੇ ਨੌਕਰੀ ਹਾਸਲ ਕਰਨ ਤੋਂ ਪਹਿਲਾਂ ਡੋਪ ਟੈਸਟ ਕਰਾਉਣਾ, ਪਦ ਉੱਨਤੀ ਯਾਨੀ ਤਰੱਕੀ ਤੋਂ ਪਹਿਲਾਂ ਡੋਪ ਟੈਸਟ ਕਰਵਾਉਣਾ। ਉਹਦੇ ਵਿੱਚ 10 ਨਸ਼ਿਆਂ ਦੀ ਸੂਚੀ ਸੀ, ਉਹਦੇ ਵਿੱਚ ਗਾਂਜਾ, ਅਫੀਮ, ਚਰਸ, ਸਮੈਕ, ਹੈਰੋਇਨ, ਹੋਰ ਬੜਾ ਕੁਝ ਸੀਗਾ, ਪਰ ਦਾਰੂ ਉਹਦੇ ਵਿੱਚ ਹੈ ਨਹੀਂ ਸੀ। ਜੇ ਕੋਈ ਅੱਜ ਇਹ ਕਵੇ ਕਿ ਜੀ ਫਲਾਣੇ ਲੀਡਰ ਕਰਕੇ, ਫਲਾਣੀ ਪਾਰਟੀ ਕਰਕੇ ਪੰਜਾਬ ਚੱਲਦਾ, ਬਿਲਕੁਲ ਝੂਠ ਹੈ। ਇਹ ਪੰਜਾਬ ਚੱਲਦਾ ਅੱਜ ਸ਼ਰਾਬੀਆਂ ਦੇ ਨਾਂ ਤੇ। ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ 5,000 ਕਰੋੜ ਰੁਪਏ ਤੋਂ ਵੱਧ ਮਾਲੀਆ ਸਿਰਫ ਦਾਰੂ ਦੀ ਵਿਕਰੀ ਕਰਕੇ ਆਉਂਦਾ। ਜੇ ਲੋਕ ਦਾਰੂ ਨਹੀਂ ਪੀਂਦੇ ਤਾਂ ਪੰਜਾਬ ਨਹੀਂ ਚੱਲਦਾ, ਗਏ ਸਰਕਾਰ ਵੀ ਜਾਣਦੀ ਹੈ। ਇਸੇ ਕਰਕੇ ਕਹਿੰਦੇ ਆ ਅਗਲੀ ਵਾਰ ਆਬਕਾਰੀ ਨੀਤੀ 'ਚ ਸੋਧ ਕਰਕੇ 6,500 ਕਰੋੜ ਰੁਪਇਆ ਮਾਲੀਆ ਕਮਾਵਾਂਗੇ। ਤੇ ਅਸੀਂ ਆਪ ਤਾਂ ਕਦੇ ਕਿਹਾ ਹੀ ਨਹੀਂ ਕਿ ਸਾਨੂੰ ਦਾਰੂ ਨਹੀਂ ਚਾਹੀਦੀ। ਅੰਮ੍ਰਿਤਸਰ ਦੇ ਵੱਲ ਇੱਕ ਪਿੰਡ ਆ, ਉੱਥੇ 45 ਗੁਰਦੁਆਰੇ ਆ, 45 ਤੋਂ ਵੱਧ ਹੀ ਹੋਣਗੇ। ਇਹਦਾ ਮਤਲਬ ਇਹ ਨਹੀਂ ਕਿ ਉੱਥੇ ਸਿੱਖੀ ਠਾਠਾਂ ਮਾਰਦੀ ਹੈ, ਇਹਦਾ ਮਤਲਬ ਇਹ ਹੈ ਕਿ ਉੱਥੇ ਲੋਕਾਂ 'ਚ ਨਫ਼ਰਤ ਬਹੁਤ ਆ, ਲੋਕਾਂ ਦੇ ਵਿੱਚ ਵੰਡੀਆਂ ਬਹੁਤ ਪੈ ਗਈਆਂ। ਉਸ ਪਿੰਡ 'ਚ ਇੱਕ ਡਿਸਪੈਂਸਰੀ ਆ, ਲਾਇਬ੍ਰੇਰੀ ਹੈ ਹੀ ਨਹੀਂ। ਇਹ ਦੱਸੋ ਬੰਦਾ ਬਿਮਾਰ ਹੋਵੇ ਉਹਨੂੰ ਹਸਪਤਾਲ ਲਿਜਾਣਾ ਕਿ ਅਸੀਂ ਧਾਰਮਿਕ ਥਾਂ ਤੇ ਲੈ ਕੇ ਜਾਣਾ? ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹਦੀ ਕਦੇ ਕਦਰ ਨਹੀਂ ਕੀਤੀ। ਅਸੀਂ ਗੱਲ ਉਹ ਕਰਦੇ ਹਾਂ ਜਿਹੜੀ ਸਾਨੂੰ ਚਾਹੀਦੀ ਨਹੀਂ। ਸਾਡੀ ਆਸਥਾ ਦੀ ਗੱਲ ਕਰ ਲਓ, ਬਹੁਤ ਸਤਿਕਾਰ ਆ ਸਾਡਾ ਸਾਰੇ ਧਰਮਾਂ ਦੇ ਪ੍ਰਤੀ, ਕਰਨਾ ਵੀ ਚਾਹੀਦਾ। ਅਸੀਂ ਉਸ ਤਰੀਕੇ ਦੇ ਨਾਲ ਵਿਚਰਨ ਵਾਲੇ ਨਹੀਂ ਕਿ ਕਹਿ ਕੇ ਜੀ ਗਾਂ ਦਾ ਪਿਸ਼ਾਬ ਪੀ ਲਓ ਤੇ ਇੱਥੇ ਕੈਂਸਰ ਠੀਕ ਹੋ ਜਾਣਾ, ਤੁਸੀਂ ਗਾਂ ਦੀ ਪਿੱਠ ਤੇ ਹੱਥ ਫੇਰੋ ਤੁਹਾਡਾ ਇਮਿਊਨਿਟੀ ਸਿਸਟਮ ਠੀਕ ਹੋ ਜਾਣਾ। ਪਰ ਗੱਲ ਇਹ ਹੈ ਕਿ ਤਰਕ ਤਾਂ ਹੈ, ਬਾਬੇ ਨਾਨਕ ਨੇ ਸਾਨੂੰ ਤਰਕ ਦੇ ਨਾਲ ਗੱਲ ਕਰਨ ਲਈ ਲਿਖਿਆ, ਤੇ ਅਸੀਂ ਹਰ ਰੋਜ਼ ਪੜ੍ਹਦੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਰ ਦੱਸੋ ਕਿ ਪਾਣੀ ਕਿੰਨਾ ਕੁ ਸੰਭਾਲ ਲਿਆ, ਦੱਸੋ ਕਿ ਵਾਤਾਵਰਨ ਨੂੰ ਕਿੰਨਾ ਕੁ ਬਚਾ ਲਿਆ, ਦੱਸੋ ਕਿ ਧਰਤੀ ਦੀ ਕਿੰਨੀ ਕੁ ਕਦਰ ਕੀਤੀ ਹੈ। ਅਸੀਂ ਇਹ ਕਰ ਨਹੀਂ ਸਕੇ, ਸਾਨੂੰ ਸਵੈ ਚਿੰਤਨ ਕਰਨਾ ਚਾਹੀਦਾ। ਸਿਰਫ ਇਹ ਗੱਲ ਕਹਿ ਕੇ ਬਾਦਲਾਂ ਨੇ ਆ ਨਹੀਂ ਕੀਤਾ, ਕੈਪਟਨਾਂ ਨੇ ਆ ਨਹੀਂ ਕੀਤਾ, ਫਲਾਣੇ ਨੇ ਫਲਾਣਾ ਕਰ ਲਿਆ, ਸਵਾਦ ਲੈਣਾ ਬੰਦ ਕਰੀਏ, ਮਨੁੱਖ ਹੋਣ ਦਾ ਫਰਜ਼ ਨਿਭਾਈਏ। ਘਰੋਂ ਅੱਜ ਮੈਂ ਨਿਕਲਿਆ, ਮੋਟਰਸਾਈਕਲ ਸੀ, ਰਾਹ ਦੇ ਵਿੱਚ ਇੱਕ ਔਰਤ ਐਕਟਿਵਾ ਤੋਂ ਡਿੱਗੀ ਪਈ, ਚਾਰ ਜਾਣੇ ਉਹਦੇ ਆਲੇ ਦੁਆਲੇ ਗੱਡੀਆਂ ਵਾਲੇ ਖੜੇ ਸੀ, ਥੱਲੇ ਨੂੰ ਸ਼ੀਸ਼ਾ ਕਰਕੇ ਉਹਦੇ ਵੱਲ ਝਾਤੀਆਂ ਮਾਰੀ ਜਾਂਦੇ ਸੀਗੇ। ਮੈਨੂੰ ਦੁੱਖ ਹੋਇਆ, ਮੈਂ ਮੋਟਰਸਾਈਕਲ ਪਾਸੇ ਲਾਇਆ, ਬੀਬੀ ਦੇ ਕੋਲੇ ਗਿਆ, ਉਦੋਂ ਤੱਕ ਉਹ ਉੱਠ ਖੜੀ। ਇੱਕ ਗੱਡੀ ਦੇ ਉੱਤੇ ਐਂਬੂਲੈਂਸ ਵੀ ਲਿਖਿਆ ਸੀਗਾ, ਮੈਂ ਇਹਨੂੰ ਕਿਹਾ ਵੀ ਆਪਾਂ ਉਦੋਂ ਹੀ ਬੰਦਾ ਚੱਕਦੇ ਜਦੋਂ ਮਰ ਗਿਆ ਹੋਵੇ, ਕਿ ਉਦਾਂ ਵੀ ਚੱਕ ਲੈਂਦੇ ਹਾਂ।
ਉਹਨੇ ਚੱਕਿਆ ਨੀਗਾ। ਇਹ ਕੈਪਟਨ ਨੇ ਆ ਕੇ ਨਹੀਂ ਸੀ ਚੱਕਣਾ, ਇਹ ਆ ਕੇ ਬਾਦਲ ਨੇ ਵੀ ਨਹੀਂ ਚੱਕਣਾ ਸੀ, ਇਹ ਮੋਦੀ ਨੇ ਵੀ ਨਹੀਂ ਚੱਕਣਾ, ਇਹ ਅਸੀਂ ਚੱਕਣਾ ਸੀ। ਪਰ ਅਸੀਂ ਆਪ ਕਿੰਨੇ ਕੁ ਚੰਗੇ ਆ, ਸਵਾਲ ਸਭ ਤੋਂ ਵੱਡਾ ਇਹ ਆ। ਤੁਸੀਂ ਸਮਾਜ ਦੇ ਜਿਹੜੇ ਵੀ ਹਿੱਸੇ ਦੇ ਵੱਲ ਝਾਤ ਮਾਰ ਲਓ, ਤੁਹਾਨੂੰ ਬਹੁਤ ਸਾਰੀਆਂ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਵਾਰ ਅਸੀਂ ਪ੍ਰੋਗਰਾਮ ਕੀਤਾ ਚੱਜ ਦਾ ਵਿਚਾਰ ਜਿਹੜਾ ਕਰਦੇ ਹਾਂ, ਉਹਦੇ ਚ ਇਹ ਗੱਲ ਕਹੀ ਕਿ ਦਰਬਾਰ ਸਾਹਿਬ ਦੇ ਗੁੰਬਦਾਂ ਤੇ ਗੁੰਬਦੀਆਂ ਨੂੰ ਸੋਨਾ ਲਾਉਣ ਦੀ ਲੋੜ ਨਹੀਂ, ਸਿੱਖੀ ਦਾ ਸੋਨੇ ਨਾਲ ਕੋਈ ਸੰਬੰਧ ਨਹੀਂ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਦਰਬਾਰ ਸਾਹਿਬ ਤੇ ਸੋਨੇ ਦੇ ਪੱਤਰੇ ਚੜਾਏ ਗਏ, ਉਦੋਂ ਪੰਜਾਬ ਦੀ ਆਰਥਿਕਤਾ ਹੋਰ ਸੀ। ਅੱਜ ਪੰਜਾਬ ਦੇ ਸਿਰ 2 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ, ਸਾਨੂੰ ਸੋਨਾ ਨਹੀਂ ਸਿਧਾਂਤ ਚਾਹੀਦੇ ਆ। ਸਾਨੂੰ ਬੜੀਆਂ ਹੀ ਗਾਲਾਂ ਪਈਆਂ, ਬੇਹੱਦ ਗਾਲਾਂ ਪਈਆਂ। ਇਹ ਟੁੱਚੂ ਕਾਮਰੇਡ ਹਨ, ਇਹ ਮਾੜੇ ਕਾਮਰੇਡ ਹਨ, ਅਸੀਂ ਤਾਂ ਕਿਹਾ ਹੀ ਨਹੀਂ ਅਸੀਂ ਕਾਮਰੇਡ ਹਾਂ, ਅਸੀਂ ਤਾਂ ਕਿਹਾ ਹੀ ਨਹੀਂ ਅਸੀਂ ਫਲਾਣੀ ਪਾਰਟੀ ਦੇ ਹਾਂ। ਮਤਲਬ ਇਹ ਆ ਕਿ ਅਸੀਂ ਲਕੀਰ ਦੇ ਫਕੀਰ ਆ। ਸਾਨੂੰ ਸਮਝ ਹੀ ਨਹੀਂ ਇਸ ਗੱਲ ਦੀ ਅਸੀਂ ਕੀ ਕਰਨਾ। ਬਹੁਤ ਸਾਰੀਆਂ ਧਾਰਮਿਕ ਥਾਵਾਂ ਇਹੋ ਜਿਹੀਆਂ ਜਿੱਥੇ ਲਿਖਿਆ ਹੁੰਦਾ ਸੋਨੇ ਦੀ ਸੇਵਾ ਦਾ ਕੰਮ ਚੱਲ ਰਿਹਾ ਹੈ, ਮਾਇਆ ਇੱਥੇ ਪਾਓ ਜੀ। ਪਰ ਕਦੇ ਕਿਸੇ ਗੁਰਦੁਆਰੇ ਦੇ ਵਿੱਚ ਗੋਲਕ ਦੇਖੀ ਜਿੱਥੇ ਲਿਖਿਆ ਹੋਵੇ ਕਿ ਜੀ ਕੈਂਸਰ ਪੀੜਤਾਂ ਦੀ ਮਦਦ ਵਾਸਤੇ ਮਾਇਆ ਇੱਥੇ ਪਾਓ ਜੀ, ਕਿਸਾਨੀ ਖੁਦਕੁਸ਼ੀਆਂ ਦੇ ਲਈ ਪੀੜਤ ਪਰਿਵਾਰ ਆ ਜਿਹੜੇ, ਮਾਇਆ ਇੱਥੇ ਪਾਓ ਜੀ, ਕਿਸੇ ਨੇ ਨਹੀਂ ਲਿਖਿਆ। ਕਿਉਂਕਿ ਆਪਾਂ ਨੂੰ ਸੌਖਾ ਰਾਹ ਉਹ ਲੱਗਦਾ। ਸੋ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਚਿੰਤਨ ਆ ਜਿਹੜੇ ਕਰਨੇ ਚਾਹੀਦੇ। ਤੂਰ ਸਾਹਿਬ ਨੇ ਜਦੋਂ ਕਿਹਾ ਸੀ ਨਾ ਕਿ ਜੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਦੁੱਖ ਇਸ ਗੱਲ ਦਾ ਕਿ ਅਸੀਂ ਪੜ੍ਹਦੇ ਨਹੀਂ, ਦੁੱਖ ਇਸ ਗੱਲ ਦਾ ਕਿ ਅਸੀਂ ਗੱਲਾਂ ਬਹੁਤ ਕਰਦੇ ਹਾਂ, ਅਸੀਂ ਟਿਕਟੌਕ ਤੇ ਹਾਂ, ਅਸੀਂ ਫੇਸਬੁੱਕ ਤੇ ਹਾਂ, ਅਸੀਂ ਵਟਸਐਪ ਤੇ ਹਾਂ, ਅਸੀਂ ਕਿਤਾਬ ਸੱਭਿਆਚਾਰ ਤੋਂ ਦੂਰ ਹੋ ਗਏ। ਤੁਸੀਂ ਆਪਣੇ ਪਿੰਡ ਦੇ ਵੱਲ ਝਾਤ ਮਾਰ ਲਓ, ਤੁਸੀਂ ਆਪਦੇ ਆਲੇ ਦੁਆਲੇ ਦੇ ਦੋਸਤਾਂ ਸੰਗਾਂ ਸਾਥੀਆਂ ਦੇ ਵੱਲ ਝਾਤ ਮਾਰ ਲਓ, ਕਿੰਨੇ ਕੁ ਸਾਥੀ ਕਿਤਾਬਾਂ ਪੜ੍ਹਦੇ ਆ, ਕਿੰਨੇ ਕੁ ਲੋਕ ਸਾਹਿਤ ਗੱਲਾਂ ਕਰਦੇ ਆ। ਤੁਸੀਂ ਕਿਸੇ ਵੀ ਗਾਉਣ ਵਾਲੇ ਦੇ ਗੀਤਾਂ ਨੂੰ ਸੁਣ ਕੇ ਉਹਦੀ ਸੋਚ ਦਾ ਅੰਦਾਜ਼ਾ ਲਾ ਸਕਦੇ ਹੋ ਇਹ ਕਿੰਨਾ ਕੁ ਪੜਿਆ ਹੋਊਗਾ। ਤੁਸੀਂ ਕਿਸੇ ਵੀ ਪੱਤਰਕਾਰ ਦੀਆਂ ਲਿਖਤਾਂ ਤੋਂ, ਸਾਹਿਤਕਾਰ ਦੀਆਂ ਲਿਖਤਾਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਇਹ ਕਿਹੋ ਜਿਹੀ ਬੁੱਧੀ ਦਾ ਮਾਲਕ ਹੋਊਗਾ। ਤੁਸੀਂ ਲੀਡਰ ਦੇ ਬਿਆਨਾਂ ਤੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿਹੋ ਜਿਹੀ ਹਰਕਤਾਂ ਤੇ ਕਿਹੋ ਜਿਹੇ ਕਿਰਦਾਰ ਦਾ ਮਾਲਕ ਹੋਊਗਾ। ਕਿਉਂਕਿ ਸਿਆਣੇ ਕਹਿੰਦੇ ਆ ਜੋ ਕੁਝ ਟੈਂਕੀ ਦੇ ਵਿੱਚ ਜੇ ਪਾਣੀ ਨਹੀਂ ਹੋਊਗਾ ਟੂਟੀ ਰਾਹੀ ਕਿਵੇਂ ਆਊਗਾ। ਤੁਸੀਂ ਪੜ੍ਹਦੇ ਹੀ ਨਹੀਂ, ਅਸੀਂ ਪੜ੍ਹਦੇ ਹੀ ਨਹੀਂ। ਲੋੜ ਇਸ ਵਕਤ ਕਿਤਾਬਾਂ ਦੀ ਆ, ਲੋੜ ਇਸ ਵਕਤ ਸਵੈ ਚਿੰਤਨ ਦੀ ਆ। ਮੇਰੀ ਬੇਨਤੀ ਸਿਰਫ ਇੰਨੀ ਆ ਕਿ ਆਪਾਂ ਥੋੜੇ ਜਿਹੇ ਸਮੇਤ, ਮੇਰੇ ਮੈਂ ਕੋਈ ਅੱਡਰੀ ਮਿੱਟੀ ਦਾ ਨਹੀਂ, ਮੈਂ ਕੋਈ ਵੱਖਰੀ ਮਿੱਟੀ ਦਾ ਹੈ ਨਹੀਂ, ਬਹੁਤ ਕੁਝ ਮਨ ਦੇ ਵਿੱਚ ਵਲਵਲੇ ਆ। ਆ ਭੈਣਾਂ ਨੂੰ ਦੇਖ ਕੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਧੀਆਂ ਪੁੱਤਾਂ ਦੇ ਵਿਆਹਾਂ ਦੇ ਉੱਤੇ ਜਿਵੇਂ ਤੂਰ ਸਾਹਿਬ ਨੇ ਕਿਹਾ ਅਸੀਂ ਖਰਚੇ ਘਟਾਏ ਗਏ, ਅਸੀਂ ਫਾਹਾ ਆਪ ਲੈਂਦੇ ਹਾਂ। ਹੋਰ ਵੀ ਕਾਰਨਾਂ, ਕੁਦਰਤੀ ਆਫਤਾਂ ਵੀ ਆ, ਖੇਤੀਬਾੜੀ ਦੇ ਲਈ ਹੋਰ ਬਹੁਤ ਸਾਰੀਆਂ ਗੱਲਾਂ, ਉਹ ਵੀ ਜ਼ਿੰਮੇਵਾਰ ਆ। ਪਰ ਜਦੋਂ ਮਰਨਿਆਂ ਤੇ ਜੰਮਣਿਆਂ ਦੇ ਤੇ ਜਦੋਂ ਵਿਆਹਾਂ ਦੀਆਂ ਪਾਰਟੀਆਂ ਦੇ ਉੱਤੇ ਲੱਖਾਂ ਖਰਚਦੇ ਆ, 3 ਕਿੱਲੇ ਜ਼ਮੀਨ ਹੁੰਦੀ ਆ, 1.5 ਕਿੱਲਾ ਵੇਚ ਕੇ ਕਦੇ ਨੱਕ ਦਾ ਮਸਲਾ ਸੀ, ਇਹ ਫਿਰ ਸਾਡਾ ਨੱਕ ਵੀ ਨਹੀਂ ਰਹਿੰਦਾ ਗਾ ਤੇ ਅਸੀਂ ਆਪ ਵੀ ਨਹੀਂ ਰਹਿੰਦੇ ਗੇ, ਫਿਰ ਵਹਿਣ ਪੈਂਦੇ ਜਿਹੜੇ ਅੱਜ ਭਗੜੇ ਪੈਂਦੇ ਆ। ਤੁਸੀਂ ਇਹ ਦੇਖੋ ਕਿਸੇ ਮੈਰਿਜ ਪੈਲਸ ਦੇ ਵਿੱਚ ਜਾ ਕੇ 5 ਵਜੇ ਤੋਂ ਬਾਅਦ ਇਉਂ ਲੱਗਦਾ ਅਸੀਂ ਹੱਡਾਂ ਰੋੜੀ ਦੇ ਵਿੱਚ ਆ ਗਏ ਹਾਂ, ਉੱਥੇ ਖਾਲੀ ਬੋਤਲਾਂ ਤੇ ਹੱਡਾਂ ਤੋਂ ਬਿਨਾਂ ਕੁਛ ਨਹੀਂ ਹੁੰਦਾ। ਕੀ ਅਸੀਂ ਇਹਨਾਂ ਗੱਲਾਂ ਦੇ ਲਈ ਸਾਰੇ ਪਰਿਵਾਰਾਂ ਨੂੰ ਮਿਲਾਉਂਦੇ ਹਾਂ? ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਮਸਲੇ ਨੇ। ਇੱਕ ਦੋ ਉਦਾਹਰਣਾਂ ਦੇਊਂਗਾ, ਸਾਡੇ ਪ੍ਰਵਾਸੀ ਭੈਣਾਂ ਵੀਰ ਪੰਜਾਬ ਦੇ ਪ੍ਰਤੀ ਜ਼ਿਕਰ ਤੇ ਫਿਕਰ ਕਿਵੇਂ ਕਰਦੇ ਆ। ਅੱਜ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਆ ਜਿਹੜੀ, ਹਰਮਨ ਜੀ ਇਸ ਵਕਤ ਗਏ ਆ ਪ੍ਰੋਗਰਾਮ ਕਰਨ ਲਈ ਭਦੌੜ ਬਰਨਾਲੇ ਦੇ ਕੋਲ, ਉਸ ਪਿੰਡ ਦੇ ਬਾਬਤ ਪਿਛਲੇ ਦਿਨੀ ਇੱਕ ਵੀਡੀਓ ਬੜੀ ਵਾਇਰਲ ਹੋਈ। ਪਿੰਡ ਦੀ ਕੁੜੀ ਦਾ ਨਾਂ ਜਸਬੀਰ ਕੌਰ ਸ਼ਾਹ, ਉਹ ਕੁੜੀ ਆ ਜਿਹੜੀ ਬੈਡਮਿੰਟਨ ਦੀ ਖਿਡਾਰਨ ਆ, ਗਰੀਬੀ ਨੇ ਉਹਦਾ ਲੱਕ ਤੋੜਤਾ,
ਤੇ ਉਹ ਛੱਜ ਬਣਨ ਦਾ ਕੰਮ ਕਰਦੀ ਹੈ, ਛੱਜ ਬਣਾਉਂਦਾ ਪਰਿਵਾਰ। ਕੌਮੀ ਪੱਧਰ ਦੀ ਖਿਡਾਰ ਨਾਲ ਜਿਹੜੇ ਕੱਚੇ ਘਰ ਦੇ ਵਿੱਚੋਂ ਜਿਹੜੇ ਛੱਪਰਾਂ ਦੇ ਵਿੱਚੋਂ ਤੁਰੀ ਆ, ਉਸ ਥਾਂ ਦੇ ਉੱਤੇ ਫਿਰ ਆ ਕੇ ਖੜ ਗਈ। ਕੈਨੇਡਾ ਦਾ ਇੱਕ ਸੱਜਣ ਆ, ਉਹਦੇ ਅੰਦਰ ਇਨਸਾਨੀਅਤ ਇਸ ਕਦਰ ਜਾਗੀ ਆ ਵੀ ਉਹਨੇ ਆ ਕੇ ਉਸ ਪਿੰਡ ਦੇ ਵਿੱਚ ਉਸ ਕੁੜੀ ਨਾਲ ਵਿਆਹ ਕਰਵਾ ਲਿਆ। ਉਹ ਇਹ ਵੀ ਕਰ ਸਕਦਾ ਸੀ ਵੀ ਇਹਦਾ ਕੱਚਾ ਕੋਠਾ ਪੱਕਾ ਕਰ ਦਿੰਦੇ ਆ, ਲੱਖ ਰੁਪਈਆ ਦੇ ਦਿੰਦੇ ਆ, 50,000 ਦੇ ਦਿੰਦੇ ਆ, ਪਰ ਉਹਨੇ ਵਿਆਹ ਕਰਵਾ ਲਿਆ। ਉਹ ਕਹਿੰਦਾ ਮੇਰੇ ਅੰਦਰ ਇਨਸਾਨ ਜਾਗਦਾ, ਜੇ ਮੇਰੇ ਕਰਕੇ ਇੱਕ ਬੰਦੇ ਦੀ ਜ਼ਿੰਦਗੀ ਸੁਧਰਦੀ ਆ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ। ਉਹ ਹੋਟਲ ਦੇ ਵਿੱਚ ਵੀ ਰਹਿ ਸਕਦਾ 5 ਤਾਰਾ ਦੇ ਵਿੱਚ, ਪਰ ਉਹਦੇ ਛੱਪਰ ਦੇ ਵਿੱਚ ਰਹਿ ਰਿਹਾ। ਤੇ ਅਸੀਂ ਦੇਖਦੇ ਹਾਂ ਵੀ ਅੱਜ ਕੱਲ੍ਹ ਕੀ ਕੁਝ ਹੁੰਦਾ, ਵਿਆਹਾਂ ਦੇ ਸੌਦੇ ਕਿਵੇਂ ਹੁੰਦੇ ਆ, 30-35-35-40 ਲੱਖ ਰੁਪਈਏ ਦੇ ਵਿੱਚ ਸੌਦੇ ਹੁੰਦੇ ਆ। ਹੁਣ ਤਾਂ ਅਖਬਾਰਾਂ ਦੇ ਵਿੱਚ ਵੀ ਇਹ ਲਿਖਿਆ ਹੁੰਦਾ ਕਿ ਜੀ ਸੰਪਰਕ ਉਹੀ ਕਰਨ ਜਿਹੜੇ ਕੁੜੀ ਨੂੰ ਵੀ ਬਾਹਰ ਲਿਜਾ ਸਕਦੇ ਹੋ, ਤੇ ਉਸ ਦੌਰ ਦੇ ਵਿੱਚ ਆਹ ਕੁਝ ਵੀ ਹੋ ਰਿਹਾ। ਮੇਰਾ ਇੱਕ ਦੋਸਤ ਆ ਸਿਡਨੀ ਤੋਂ, ਪ੍ਰਭਜੋਤ ਸਿੰਘ ਸੰਧੂ, ਉਹਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਬਈ ਮੇਰੇ ਪੁੱਤ ਦਾ ਵਿਆਹ ਹੋਇਆ ਰੁਸਤਮ, ਪਰ ਅਸੀਂ ਇੱਕ ਸੋਚ ਰੱਖੀ ਆ ਵੀ ਜਿਹੜਾ ਪੈਸਾ ਉਹਦੀ ਰਿਸੈਪਸ਼ਨ ਦੇ ਉੱਤੇ ਖਰਚਣਾ ਸੀ ਉਹ ਅਸੀਂ ਮਨੁੱਖਤਾ ਦੇ ਲਈ ਖਰਚਣਾ। ਉਹਨਾਂ ਨੇ ਬੀਬੀ ਇੰਦਰਜੀਤ ਕੌਰ ਨੂੰ ਪਿੰਗਲਵਾੜੇ ਦੇ ਸੰਚਾਲਕ ਨੇ ਜਿਹੜੇ ਉਹਨਾਂ ਦੇ ਕੋਲੇ ਸਾਰਾ ਪੈਸਾ ਪਹੁੰਚਾਤਾ। ਮੁੰਡੇ ਨੇ ਵੀ, ਨੂੰਹ ਨੇ ਵੀ, ਸਾਰੇ ਟੱਬਰ ਨੇ ਮਿਲ ਕੇ ਇਹ ਪੁੜੀ ਵਾਲਿਆਂ ਦੇ ਪਰਿਵਾਰ ਨਾਲ ਮਿਲ ਕੇ ਫੈਸਲਾ ਕੀਤਾ ਸੀ ਕਿ ਫਾਲਤੂ ਪੈਸਾ ਅਸੀਂ ਕਿਸੇ ਤੇ ਨਹੀਂ ਖਰਚਣਾ, ਅਸੀਂ ਆਪਦੀ ਜਿਹੜੀ ਕਮਾਈ ਆ, ਜਿਹੜੀ ਕਿ ਉਮਰ ਭਰ ਦੀ ਪੂੰਜੀ ਆ, ਉਹ ਅਸੀਂ 5-7 ਘੰਟਿਆਂ ਦੀ ਧੂਮ ਧੜੱਕੇ ਦੇ ਖਾਤਰ ਨਹੀਂ ਖਰਚਣੀ। ਉਹਨਾਂ ਨੇ ਪਿੰਗਲਵਾੜੇ ਦੇ ਲਈ ਸਾਰੀ ਰਾਸ਼ੀ ਉਦਾਨ ਦਿੱਤੀ ਹੈ। ਮੇਰਾ ਇੱਕ ਸੱਜਣਾ ਕੈਲਗਰੀ ਤੋਂ, ਉਹ ਆਪਣੇ ਪਿੰਡ ਹਰ ਵਾਰੇ ਆ ਕੇ ਗਰੀਬ ਕੁੜੀਆਂ ਦੇ ਵਿਆਹ ਕਰਦਾ, ਉਹ ਵੀ ਤਾਂ ਆਪਦੀਆਂ ਮਸਤੀਆਂ ਦੇ ਵਿੱਚ 4 ਦਿਨ ਇੱਥੇ ਲਾ ਸਕਦਾ, ਪਰ ਇੱਦਾਂ ਦੇ ਬਹੁਤ ਸਾਰੇ ਲੋਕ ਆ, ਇਕੱਲੇ ਇਹ ਨਹੀਂ, ਹੋਰ ਬੜੇ ਸਾਰੇ ਸਾਥੀ ਆ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ। ਸੋ ਆਪੋ ਆਪਣਾ ਫਰਜ਼ ਨਿਭਾਈਏ, ਆਪਦੇ ਆਲੇ ਦੁਆਲੇ ਪਿਆ ਹੋਇਆ ਗੰਦ ਆਪੇ ਹੁੰਝੀਏ ਤਾਂ ਕੁਝ ਬਣ ਸਕਦਾ, ਨਹੀਂ ਤਾਂ ਫਿਰ ਜੋ ਗੱਲਾਂ ਕਹਿੰਦੇ ਆ ਉਹ ਉਵੇਂ ਰਹਿਣੀਆਂ। ਅਸੀਂ ਉਲਾਂਭੇ ਦੇ ਸਕਦੇ ਹਾਂ, ਹੋਰ ਕੁਝ ਕਰ ਨਹੀਂ ਸਕਦੇ। ਗੁਰਭਜਨ ਗਿੱਲ ਪੰਜਾਬੀ ਦੇ ਬੜੇ ਮਸ਼ਹੂਰ ਸ਼ਾਇਰ ਆ, ਉਹਨਾਂ ਦੀਆਂ 2 ਸਤਰਾਂ ਨੇ ਮੈਂ ਬਾਅਦ ਦੇ ਵਿੱਚ ਸਮਾਪਤੀ ਕਰ ਦੇਣੀ ਆ ਕਿ ਆਪਣੇ ਵੱਲੋਂ ਤਾਂ ਉਹ ਵੱਡੇ ਕਰ ਜਾਂਦਾ ਹੈ ਪਰ ਸਮੁੰਦਰ ਵਿੱਚ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ। ਇਹ ਅਸੀਂ ਸੋਚਣਾ ਵੀ ਧੌਣ ਉੱਚੀ ਰੱਖਣੀ ਹੈ ਕਿ ਨੀਵੀਂ ਪਾਉਣੀ ਹੈ, ਇਹ ਅਸੀਂ ਦੇਖਣਾ, ਹੱਕ ਲੈਣੇ ਆ ਕਿ ਝੋਲੀਆਂ ਅੱਡ ਅੱਡ ਕੇ ਖੈਰ ਮੰਗਣੀ ਹੈ ਜਾਂ ਖੈਰ ਪਵਾਉਣੀ ਹੈ। ਸੋ ਮੇਰਾ ਖਿਆਲ ਆ ਕਿ ਤੁਹਾਡਾ ਬਹੁਤ ਕੀਮਤੀ ਸਮਾਂ, ਮੈਨੂੰ ਇੰਨੀ ਆਗਿਆ ਦਿਓ ਤੇ ਗਲਤੀ ਭੁੱਲ ਚੁੱਕ ਮਾਫ਼ ਕਰਨਾ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।